मैं एक चीज कट सकता अंदर फिर मैं वीडियो तो कट लांगा मेरे को है अंदर ਕਿੰਨੇ ਕ ਬੰਦੇ ਸਰ ਛੁਟਕੀ ਛੁੜਾਏ ਗਏ ਨੇ ਜਿਹੜੇ ਉਹ ਅੰਦਰੋਂ ਵੈਰੀਫਾਈ ਕਰ ਰਹੇ ਆ ਪੂਰੇ ਬੰਦੇ ਕਿੰਨੇ ਛੁੜਾਏ ਗਏ ਨੇ ਕਿੰਨੇ ਬੰਦੇ ਸਰ ਆਏ ਸੀ ਬਾਹਰ ਫੋਰਚੂਨਰ ਤੇ ਵਰਨਾ ਦੇ ਵਿੱਚ ਦੋ ਗੱਡੀਆਂ ਆਈਆਂ ਹਾਂਜੀ ਜਿਹਨਾਂ ਪੁਲਿਸ ਯੂਨੀਫਾਰਮ ਪਾਈ ਸੀ ਤੇ ਉਹਨਾਂ ਨੇ ਇੱਥੇ ਆ ਕੇ ਕੋਈ ਵਾਰਦਾਤ ਕੀਤੀ ਹੈ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਸਾਰਾ ਦੇਖ ਰਹੇ ਆ ਕਿੰਨੀਆਂ ਗੋਲੀਆਂ ਸਰ ਰਾਉਂਡ ਹੋਈਆਂ ਜਿਹੜੀਆਂ ਚੈੱਕ ਕਰ ਰਹੇ ਸਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੇਖ ਰਹੇ ਆ ਸਰ ਮੌਕਾ ਦੇਖ ਰਹੇ ਆ ਮੌਕਾ ਮਿਲਾ ਜਾ ਕਰ ਰਹੇ ਆ ਥੈਂਕ ਯੂ ਇਥੋਂ ਗੱਡੀ ਜਦੋਂ ਆਈ ਹੈ ਗੱਡੀ ਚਲਾ ਕੇ ਇਧਰੋਂ ਚਲੀ ਗਈ ਅੱਗੇ ਫਾਟਕ ਬੰਦ ਸੀ ਉਹ ਫੇਰ ਮੁੜੇ ਆਏ ਇੱਕ ਐਸ ਐਲ ਆਰ ਉਹਨਾਂ ਨੇ ਉੱਥੇ ਕਬਾੜ ਦੀ ਦੁਕਾਨ ਹੈ ਉੱਥੇ ਐਸ ਐਲ ਆਰ ਸਿੱਟੀ ਪਈ ਤੀ ਉਹ ਜਿਹੜੀ ਅਸੀਂ ਇੱਕ ਹੌਲਦਾਰ ਨੂੰ ਨਾਲ ਲਿਆ ਕੇ ਚਕਾ ਕੇ ਲੈ ਕੇ ਆਏ ਉਹ ਚੋਂ ਰੌਂਦ ਵੀ ਡਿੱਗੇ ਹੋਏ ਤੇ ਉਹ ਸਰਕਾਰੀ ਅਸਲਾ ਦੀ ਅਸੀਂ ਜਦੋਂ ਗੋਲੀਆਂ ਚੱਲੀਆਂ ਨੇ ਇੱਥੋਂ ਜੇਲ੍ਹ ਵਾਲਿਆਂ ਨੇ ਕਿਸੇ ਨੇ ਕੋਈ ਉਹ ਨਹੀਂ ਚਲਾਈਆਂ ਇਹਨਾਂ ਨੇ ਬਾਅਦ 'ਚ ਗੋਲੀਆਂ ਉੱਪਰ ਨੂੰ ਚਲਾਈਆਂ ਨੇ ਉਹ ਵੀ ਉਹਨਾਂ ਨੇ ਵੀ ਉੱਪਰ ਨੂੰ ਚਲਾਈਆਂ ਨੇ ਅਸੀਂ ਮੌਕੇ 'ਤੇ ਸਾਡੇ ਮਕਾਨ ਨੇ ਜਦੋਂ ਇੱਥੇ ਖੜਕਾ ਸੁਣਿਆ ਅਸੀਂ ਬਾਹਰ ਆਏ ਹਾਂ ਅਸੀਂ ਸਪਸ਼ਟ ਨਹੀਂ ਦੇਖ ਸਕੇ ਕਾਰਨ ਕੀ ਹੈ ਜਦੋਂ ਗੋਲੀ ਚੱਲੀ ਅਸੀਂ ਨੇ ਫੇਰ ਬਾਅਦ 'ਚ ਆਉਣਾ ਤੀ ਵਾਰਦਾਤ ਹੋ ਗਈ ਚਲੇ ਗਏ ਉਹ ਬਾਅਦ 'ਚ ਜਿਹੜਾ ਪਤਾ ਲੱਗਿਆ ਸਾਨੂੰ ਅਸੀਂ ਨੇ ਦੇਖਿਆ ਨਾ ਤੁਹਾਨੂੰ ਦੱਸ ਰਿਹਾ ਵੀ ਉਧਰੋਂ ਗੱਡੀ ਮੁੜ ਕੇ ਆਈ ਉਹ ਇਧਰ ਇਸ ਤਰ੍ਹਾਂ ਨਿਕਲ ਗਏ ਇਹਨਾਂ ਨੇ ਗੋਲੀਆਂ ਬਾਅਦ ਦੇ ਵਿੱਚ ਚਲਾਈਆਂ ਨੇ ਇੱਥੇ 8-10 ਬੰਦੇ ਆ ਖੜੇ ਨੇ ਇਹ ਪੱਤਰਕਾਰਾਂ ਨੂੰ ਵੀ ਸ਼ਾਇਦ ਹੋਰ ਇਹ ਕਿਸੇ ਨੂੰ ਨਹੀਂ ਅੰਦਰ ਜਾਣ ਦਿੰਦੇ ਇਹਨਾਂ ਨੇ ਉਦੋਂ ਕੀ ਹੈ ਵੀ ਇੱਕ ਬੰਦਾ ਕੁੰਡਾ ਲਾ ਕੇ ਪਰਾਂ ਭੱਜ ਜਾਂਦਾ ਜਾਂ ਜਿੰਦਾ ਫਸਾ ਕੇ ਭੱਜ ਲੈਂਦਾ 2-4 ਮਿੰਟ ਉਹ ਅੰਦਰ ਰੁਕ ਸਕਦੇ ਤੇ ਫੜੇ ਜਾ ਸਕਦੇ ਤੇ ਉਹ ਇਹਨਾਂ ਦੀ ਉਹ ਅਣਗਹਿਲੀ ਲਾ ਲਓ ਇਹਨਾਂ ਦੀ ਕੋਈ ਮਿਲ ਮਿਲੀ ਹੋਰ ਨਾ ਜੋ ਵੀ ਹੈ ਸਾਰੇ ਵਰਦੀਆਂ ਚ ਇੱਕ ਗੁਰਸਿੱਖ ਇਹਨਾਂ ਦਾ ਕੋਈ ਬੰਦਾ ਬਾਹਰ ਨਹੀਂ ਆਇਆ ਜੀ ਮਤਲਬ ਇਹਨਾਂ ਨੇ ਮੁਕਾਬਲਾ ਕਰਿਆ ਹੀ ਨਹੀਂ ਜੀ ਉਹਨਾਂ ਦਾ ਦੀ ਛੜਾ ਕੇ ਲੈ ਗਏ ਸਰ ਕੀ ਹੋਇਆ ਹਥਿਆਰ ਕਿਨੇ ਮਤਲਬ ਸੁਣਨ ਚ ਤਾਂ ਆਉਂਦਾ ਜੀ ਵੀ ਇੱਕ ਬੰਦਾ ਦੋ ਬੰਦੇ ਪਤਾ ਨਹੀਂ ਲੈ ਕੇ ਗਏ ਨੇ ਉਹ ਉਹਨਾਂ ਦੀਆਂ ਗੱਡੀਆਂ ਮਤਲਬ ਪਹਿਲਾਂ ਪਰ ਫਾਟਕਾਂ ਤੇ ਗਈਆਂ ਉਥੋਂ ਵਾਪਸ ਆਈਆਂ ਨੇ ਜੀ ਮੁੜ ਕੇ ਇਹਨਾਂ ਦਾ ਕੋਈ ਵੀ ਮੁਲਾਜ਼ਮ ਬਾਹਰ ਹੀ ਨਹੀਂ ਆਇਆ ਜਾਨੀ ਉਹਨਾਂ ਨੂੰ ਰੋਕ ਸਕਦੇ ਸੀ ਇਹ ਜੇ ਬਾਹਰ ਆਉਂਦੇ ਬਾਹਰੋਂ ਇਧਰ ਨੂੰ ਗਏ ਨੇ ਜੀ 90 ਨੂੰ ਹਾਂ ਜੀ 90 ਨੂੰ ਗਏ ਨੇ ਗੋਲੀਆਂ ਚਲਾਉਂਦੇ ਹੀ ਗਏ ਨੇ ਜੀ ਗੋਲੀਆਂ ਚਲਾਉਂਦੇ ਹੀ ਉਹ ਪਹਿਲਾਂ ਇਧਰ ਨੂੰ ਲੰਘੇ ਨੇ ਗੋਲੀਆਂ ਚਲਾਉਂਦੇ ਹੀ ਫੇਰ ਇਧਰ ਨੂੰ ਲੰਘੇ ਨੇ ਤਾਂ ਹਥਿਆਰਾਂ ਦੀ ਨੋਕ ਤੇ ਕਰਕੇ ਹਾਂ ਜੀ ਹਾਂ ਜੀ ਹਾਂ ਜੀ ਗੋਲੀਆਂ ਚਲਾ ਇੱਕ ਸਰਕਾਰੀ ਗਨ ਵੀ ਲੈ ਗਏ ਸੀ ਉਹ ਸਰਕਾਰੀ ਗਨ ਤੇ ਕਾਰਤੂਸ ਸਾਰੇ ਉੱਥੇ ਸਿੱਟ ਕੇ ਗਏ ਨੇ ਜੀ ਉਹ ਉੱਥੇ ਆ ਸਰਕਾਰੀ ਹਾਂ ਉਹ ਬਾਅਦ ਚੋਂ ਚੱਕ ਕੇ ਲੈ ਕੇ ਆਏ ਆ ਐਸਐਲਆਰ ਉਹ ਬੜੀ ਇੱਕ ਮਿੰਟ ਉਹ ਦੇਖ ਕੱਲੀ ਐਲਐਮ ਜੀ ਨੇਰੀ ਦੇ ਦੱਸਦੇ ਉੱਪਰ ਵਾਲੀ ਅੱਗੇ ਅੱਗੇ ਤੋਂ ਬਰਬਰ
ਸਿੰਘ ਸਕਿਉਰਿਟੀ ਜੇਲ੍ਹ। ਹਾਂਜੀ ਹਾਂਜੀ ਹਾਂ, ਲੈ ਕੇ ਫਰਾਰ ਹੋ ਗਏ। ਪੁਲਿਸ ਦਾ ਮੁੰਡਾ ਪਹੁੰਚਿਆ ਜੀ, ਪੁਲਿਸ ਤਫਤੀਸ਼ ਦੇ ਅੰਦਰ ਆ।